ਕਰੋਨਾ ਮਹਾਮਾਰੀ ਦੇ ਇਸ ਦੌਰ ਦੇ ਵਿੱਚ ਜਿੱਥੇ ਆਮ ਲੋਕਾਂ ਦੇ ਜੀਵਨ ਨੂੰ ਵੱਡੀ ਢਾਹ ਲੱਗੀ ਹੈ, ਕਾਰੋਬਾਰ ਰੁਜ਼ਗਾਰ ਅਤੇ ਸਾਰੇ ਲੋਕਾਂ ਦੇ ਕੰਮ ਕਾਰ ਪਟਰੀ ਤੋਂ ਉੱਤਰ ਗਿਆ, ਉੱਥੇ ਕਰੋਨਾ ਵਾਰੀਅਰਸ ਦੇ ਲਈ ਵੀ ਨਿਰੰਤਰ ਵੱਡੇ ਦੁਖਦਾਇਕ ਸਮਾਚਾਰ ਆ ਰਹੇ ਨੇ। ਜ਼ਿਲ੍ਹਾ ਰੂਪਨਗਰ ਦੇ ਪਿੰਡ ਠਾਣਾ ਦਾ ਹੈਲਥ ਵਰਕਰ ਕੁਲਵੀਰ ਸਿੰਘ ਮਹਿਜ 36 ਸਾਲ ਦੀ ਉਮਰ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਕਰੋਨਾ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਗਿਆ। ਅਸੀਂ ਉਹਦੇ ਘਰ ਪਹੁੰਚੇ ਹੈ ਇਸ ਪੂਰੇ ਗਮਗੀਨ ਮਾਹੌਲ ਦੇ ਵਿੱਚ, ਜਿੱਥੇ ਕੁਲਵੀਰ ਸਿੰਘ ਦੇ ਸਾਥੀ ਜੋ ਨਿਰੰਤਰ ਦਿਨ ਰਾਤ ਕਰੋਨਾ ਦੀ ਟੈਸਟਿੰਗ ਵਿੱਚ ਲੱਗੇ ਹੋਏ ਨੇ, ਅਤੇ ਪਰਿਵਾਰ ਪਿੱਛੇ ਕੁਲਵੀਰ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਦੋ ਛੋਟੇ ਬੱਚੇ ਅਤੇ ਉਸਦੀ ਧਰਮ ਪਤਨੀ ਤੋਂ ਇਲਾਵਾ ਉਸਦੇ ਪਿਤਾ ਜੋ ਅੱਖਾਂ ਤੋਂ ਨਹੀਂ ਦੇਖ ਸਕਦੇ ਹੈ, ਅਤੇ ਬਜ਼ੁਰਗ ਮਾਤਾ ਦਾ ਦੁੱਖ ਖੈਰ ਸਹਿਜ ਉਹ ਲੋਕ ਹੀ ਝੇਲ ਸਕਦੇ ਨੇ ਜਾਂ ਉਹ ਲੋਕ ਹੀ ਦੱਸ ਸਕਦੇ ਨੇ ਜਿਨ੍ਹਾਂ ਨਾਲ ਇਹ ਬੀਤੀ ਹੈ। ਫਿਲਹਾਲ ਇੱਥੇ ਪੂਰੀ ਹੈਲਥ ਵਿਭਾਗ ਦੀ ਟੀਮ ਆਈ ਹੈ, ਆਪਣੇ ਇੱਕ ਸਾਥੀ ਜੋ ਕਿ ਰੋਜ਼ਾਨਾ ਇਹਨਾਂ ਦੇ ਨਾਲ ਟੈਸਟਿੰਗ ਦੇ ਵਿੱਚ ਵੱਖ ਵੱਖ ਪਿੰਡਾਂ ਵਿੱਚ ਡਿਊਟੀ ਕਰਦਾ ਸੀ, ਉਸਦੇ ਚਲੇ ਜਾਣ ਤੋਂ ਬਾਅਦ ਤੁਹਾਨੂੰ ਹਾਲਾਤ ਦਿਖਾਉਂਦੇ ਆ ਘਰ ਦੇ ਅਤੇ ਕੀ ਬੀਤਦਾ ਹੈ ਕਰੋਨਾ ਦੇ ਨਾਲ, ਜਿੱਥੇ ਕਰੋਨਾ ਨੂੰ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਨੇ ਕਿ ਕਰੋਨਾ ਦਾ ਕੋਈ ਡਰ ਪੈ ਖੈਰ ਬਹੁਤ ਵੱਡਾ ਨਹੀਂ ਹੈ, ਪਰ ਇਹ ਦਿਨ ਪ੍ਰਤੀ ਦਿਨ ਜਦੋਂ ਪੈਰ ਪਸਾਰਦਾ ਜਾਂਦਾ ਹੈ ਅਤੇ ਗਲੀ ਕੂਚੇ ਮੁਹੱਲੇ ਜਦੋਂ ਸਾਡੇ ਨੇੜੇ ਪਹੁੰਚਦਾ ਹੈ ਅਤੇ ਪਤਾ ਲੱਗਦਾ ਹੈ ਕਿੰਨਾ ਘਾਤਕ ਹੈ। ਹੁਣ ਇਹ ਜਿਹੜੀ ਖਬਰ ਇੱਕ ਹੈਲਥ ਵਰਕਰ ਦੀ ਮੌਤ ਦੀ ਆਈ ਹੈ, ਉਸ ਦੇ ਨਾਲ ਜੋ ਹਾਲਾਤ ਬਣੇ ਨੇ ਅਤੇ ਗੱਲ ਵੀ ਕਰਾਂਗੇ ਇਹਨਾਂ ਦੇ ਹੈਲਥ ਵਿਭਾਗ ਦੇ ਬੰਦਿਆਂ ਦੇ ਨਾਲ। ਸਵਾਗਤ ਹੈ ਤੁਹਾਡਾ ਡੇਲੀ ਪੋਸਟ ਚੈਨਲ ਪੰਜਾਬੀ 'ਤੇ। ਕੁਲਵੀਰ ਸਿੰਘ ਸਿਰਫ 36 ਸਾਲ ਦੀ ਉਮਰ ਦੇ ਵਿੱਚ ਆਪਣੀ ਜਾਨ ਗੁਆ ਗਿਆ, ਸਭ ਤੋਂ ਪਹਿਲਾਂ ਤਾਂ ਨਾਮ ਅਤੇ ਅਹੁਦਾ ਔਰ ਕਿਹਨਾਂ ਹਾਲਾਤਾਂ ਵਿੱਚ ਉਹ ਸਭ ਕੁਛ ਹੋਇਆ ਇਹਦੇ ਬਾਰੇ ਥੋੜ੍ਹਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਸਿਕੰਦਰ ਸਿੰਘ ਢੇਰ, ਜ਼ਿਲ੍ਹਾ ਪ੍ਰਧਾਨ ਮਲਟੀਪਰਪਜ ਹੈਲਥ ਮਲਾਈਜਨੀ ਪੰਜਾਬ ਰੋਪੜ ਜੀ। ਮੇਰੇ ਇੱਕ ਸਾਥੀ ਕੁਲਵੀਰ ਸਿੰਘ ਜੀ ਜੋ ਕਿ ਠਾਣੇ ਪਿੰਡ ਤੋਂ ਸਨ ਅਤੇ ਸੱਤ ਸੈਂਟਰ ਝੱਜ ਵਿਖੇ ਕੰਮ ਕਰਦੇ ਸਨ, ਇਹ ਪਿਛਲੇ ਟਾਈਮ ਤੋਂ ਜਿਵੇਂ ਸਭ ਨੂੰ ਪਤਾ ਹੀ ਸਾਨੂੰ ਸਾਰੇ ਨੂੰ ਕਿ ਜਿਹੜੇ ਸਾਡੇ ਹੈਲਥ ਦੇ ਵੋਰੀਅਰਸ ਹੈ ਫਰੰਟ ਲਾਈਨ 'ਤੇ ਕੰਮ ਕਰਿਆ ਉਹ ਕੇਵਲ ਮਲਟੀਪਰ ਹੈਲਥ ਕੰਮ ਹੀ ਹਨ, ਕਿਉਂਕਿ ਬੇਸ਼ੱਕ ਸਾਡੇ ਬੇਸ਼ੱਕ ਉੱਪਰੋਂ ਸਾਡੀ ਸਰਕਾਰ ਹੈ ਚਾਹੇ ਹੋਰ ਹੈ ਸਾਰੇ ਇਸ ਵੇਲੇ ਸੇਫ ਪੁਜੀਸ਼ਨ 'ਚ ਰਹਿ ਰਹੇ ਹੈ, ਲੇਕਿਨ ਹੈਲਥ ਵਰਕਰਸ ਜਿਹੜੇ ਸਾਡੇ ਉਹਨਾਂ ਨੂੰ ਦਿਨ ਡੋਰ ਟੂ ਡੋਰ ਚਾਹੇ ਉਹ ਕਰੋਨਾ ਪੋਜ਼ੀਟਿਵ ਕੇਸ ਹੈ ਚਾਹੇ ਕੋਈ ਸੈਂਪਲਿੰਗ ਕਰਨੀ ਹੈ ਚਾਹੇ ਕੋਈ ਉਹਨਾਂ ਦੀ ਕੰਟੈਕਟ ਟਰੇਸਿੰਗ ਕਰਨੀ ਹੈ ਉਹ ਸਾਰਾ ਸਾਡੀ ਟੀਮ ਦਾ ਕੰਮ ਹੈ, ਅਤੇ ਨਿਰੰਤਰ ਟੀਮ ਜਿਹੜੀ ਸਿੱਧੇ ਤੌਰ 'ਤੇ ਟੈਸਟਿੰਗ 'ਚ ਸ਼ਾਮਿਲ ਹੁੰਦੀ ਹੈ। ਇਸੇ ਦੌਰਾਨ ਕੰਮ ਕਰਦੇ ਜਿਹੜਾ ਸਾਡਾ ਸਾਥੀ ਹੈ ਇਹ ਵੀ ਸਾਡੀ ਬਾਕੀ ਟੀਮ ਨਾਲ, ਜਿੱਦਾਂ ਟੀਮ ਸਾਡੀ ਪਿੰਡਾਂ 'ਚ ਕੰਮ ਕਰਦੀ ਸੀ ਉਹ ਟੀਮ ਨਾਲ ਕੰਮ ਕਰਦੇ ਆ, ਪਿਛਲੇ ਦਿਨੀ ਕਰੋਨਾ ਪੋਜ਼ੀਟਿਵ ਹੋ ਗਏ ਸੀ ਅਤੇ 20 ਤਰੀਕ ਨੂੰ ਸਾਨੂੰ ਸਾਡਾ ਸਾਥੀ ਜਿਹੜਾ ਉਹ ਰਜਿੰਦਰ ਹਸਪਤਾਲ ਪਟਿਆਲੇ ਕਰੋਨਾ ਵਿਰੁੱਧ ਲੜਦਾ ਹੋਇਆ ਜੰਗ ਹਾਰ ਗਿਆ ਸੀ। ਅਸੀਂ ਆਪਣੇ ਜਥੇਬੰਦੀ ਵੱਲੋਂ ਅਤੇ ਸਮੂਹ ਪੰਜਾਬ ਦੀ ਜਥੇਬੰਦੀ ਵੱਲੋਂ ਵੀ ਇਹ ਪੰਜਾਬ ਸਰਕਾਰ ਤੋਂ ਸਿਹਤ ਵਿਭਾਗ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਸਾਥੀ ਨੂੰ ਜੋ ਕਰੋਨਾ ਦਿਹਾੜੀ ਜਿਹੜਾ ਸਾਡਾ ਹਾਰ ਗਿਆ ਸੀ ਉਹਦੇ ਜੋ ਬੈਨੀਫਿਟਸ ਹੈ ਜੋ ਉਹਦੀ ਕਲੇਮਸ ਹੈ ਜ਼ਰੂਰ ਸਾਡੇ ਸਾਥੀ ਨੂੰ ਜਿਹੜਾ ਮਿਲਣਾ ਚਾਹੀਦਾ। ਜੇ ਗੱਲ ਕਰੀਏ ਕਰੋਨਾ ਵਾਰੀਅਰਸ ਦੀ ਸਵੇਰੇ ਰੋਜ਼ਾਨਾ ਦੇ ਦਿਨ ਚਰਿਆ ਦਾ ਜਿਸ ਤਰ੍ਹਾਂ ਤੁਹਾਡਾ ਕੀ ਸਿਸਟਮ ਹੁੰਦਾ ਹੈ, ਪਿੰਡਾਂ ਵਿੱਚ ਕਿੰਨੀ ਕੁ ਟੈਸਟਿੰਗ ਕਰਦੇ ਆ, ਥੋੜ੍ਹਾ ਇਹਦੇ ਬਾਰੇ ਚਾਹੁੰਦਾ। ਪਿੰਡਾਂ 'ਚ ਤੁਹਾਡੇ 'ਤੇ ਹਮਲੇ ਵੀ ਹੁੰਦੇ ਆ, ਬਹੁਤ ਲੋਕ ਕਹਿੰਦੇ ਆ ਕਿ ਟੈਸਟਿੰਗ ਨਹੀਂ ਕਰਾਉਣੇ ਜਾਂ ਮਾਈਕਰੋ ਕੰਟੇਨਮੈਂਟ ਜ਼ੋਨ 'ਚ ਕੋਈ ਇੱਦਾਂ ਦੀ ਦਿੱਕਤਾਂ ਆਉਂਦੀਆਂ, ਉਹ ਹਾਲਾਤਾਂ ਨੂੰ ਕਿੱਦਾਂ ਫਿਰ ਤੁਸੀਂ ਕਿਸ ਤਰ੍ਹਾਂ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਹੋ ਹਾਲਾਤਾਂ ਬਾਰੇ? ਸਾਡਾ ਸਿਸਟਮ ਹੈ ਇਹਦੇ ਵਿੱਚ ਜਿਹੜਾ ਮੇਨ ਮੁੱਖ ਕੰਮ ਹੈ, ਕੋਈ ਵੀ ਜਿਹੜਾ ਪਿੰਡਾਂ 'ਚ ਲਗਾਤਾਰ ਸਾਡੇ ਇੱਕ ਟਾਰਗੇਟ ਆ ਸਾਡਾ ਵੀ ਜਿਹੜੇ ਸੈਂਪਲਿੰਗ ਕਰਨੀ ਹੈ, ਇੱਕ ਇੱਕ ਪਿੰਡ ਨਾਲ ਦੋ ਦੋ ਪਿੰਡਾਂ ਜੋੜ ਕੇ ਅਸੀਂ ਸੈਂਪਲਿੰਗ ਕਰਦੇ ਹਾਂ। ਸੈਂਪਲਿੰਗ ਵੇਲੇ ਅਸੀਂ ਜਦੋਂ ਲੋਕਾਂ ਦੇ ਕੋਲ ਅਪਰੋਚ ਕਰਦੇ ਹਾਂ ਤਾਂ ਲੋਕਾਂ ਦੇ ਮਨ ਵਿੱਚ ਬੜੇ ਸ਼ੰਕੇ ਪੈਦਾ ਹੋ ਜਾਂਦੇ ਆ, ਪਹਿਲਾਂ ਤਾਂ ਇਸ ਕਰਕੇ ਉਹ ਸੰਕੋਚ ਕਰਦੇ ਆ ਵੀ ਅਸੀਂ ਟੈਸਟ ਕਰਨਾ ਜੇ ਪੋਜ਼ੀਟਿਵ ਆਗੇ ਸਾਨੂੰ ਪਤਾ ਨਹੀਂ ਕੀ ਹੋ ਜਾਣਾ, ਲੇਕਿਨ ਉਹ ਸ਼ੰਕਿਆਂ ਦੇ ਜਿਹੜੇ ਆ ਉਹ ਕਿਉਂਕਿ ਹੋਰ ਕੋਈ ਵਿਭਾਗ ਜਿਹੜਾ ਮੋਹਰੇ ਹੋ ਕੇ ਨਹੀਂ ਜਾਂਦਾ, ਲੇਕਿਨ ਉੱਥੇ ਜਿਹੜੀ ਸਾਡੀ ਹੈ ਸਟਾਫ ਨਾਲ ਜਾਂ ਸਾਡੇ ਨਾਲ ਉਹ ਬੜਾ ਸਾਨੂੰ ਇੱਕ ਅਲੱਗ ਤਰ੍ਹਾਂ ਦੇਖਦੇ ਆ ਵੀ ਇਹ ਸਾਡੇ ਕੋਲ ਕਿਉਂ ਆਉਂਦੇ ਆ, ਇਹ ਸਾਡੇ ਕਿਉਂ ਅਪਰੋਚ ਕਰਦੇ ਆ, ਪਰ ਸਾਨੂੰ ਬੜੀ ਜਦੋ ਜਦ ਕਰਨੀ ਪੈਂਦੀ ਹੈ ਕਿਉਂਕਿ ਆਪਾਂ ਬੇਸ਼ੱਕ ਉਹ ਸਾਡੇ ਤੋਂ ਨਾਰਾਜ਼ ਹੋ ਜਾਂਦੇ ਆ ਪਰ ਆਪਾਂ ਨੇ ਉਹਨਾਂ ਨੂੰ ਸੇਫ ਵੀ ਕਰਨਾ ਹੈ, ਉਹਨਾਂ ਦੀ ਤੰਦਰੁਸਤੀ ਲਈ ਆਪਾਂ ਸੈਂਪਲਿੰਗ ਕਰਾਉਣੀ ਹੈ, ਇਸ ਕਰਕੇ ਸਾਨੂੰ ਬਹੁਤ ਜਦੋ ਜਦ ਕਰਕੇ ਮਿਹਨਤ ਕਰਕੇ ਉਹਨਾਂ ਨੂੰ ਸੈਟਿਸਫਾਈ ਕਰਾਉਣਾ ਪੈਂਦਾ ਹੈ। ਸੈਟਿਸਫਾਈ ਕਰਾਉਣ ਵੇਲੇ ਸਾਡੇ ਆਪਣੇ ਜਦੋਂ ਆਪਾਂ ਉਹਨਾਂ ਦੇ ਸਿੱਧੀ ਵਾਸਤਾ ਬਣਾਉਂਦੇ ਆ ਉਹਨਾਂ 'ਚ ਹੋ ਸਕਦਾ ਕਿੰਨੇ ਕੇਸ ਪੋਜ਼ੀਟਿਵ ਹੋ ਨਿਕਲ ਜਾਂਦੇ ਆ, ਅਤੇ ਉਹਦੇ ਲਈ ਅਸੀਂ ਜਿਹੜੇ ਆਪਣਾ ਉਹਦੇ ਲਈ ਆਪਾਂ ਜਿਹੜੇ ਸੀ ਆਪਾਂ ਨੂੰ ਜਿਹੜਾ ਇਹ ਪੋਜ਼ੀਟਿਵ ਕੇਸਾਂ ਨਾਲ ਵੀ ਸਿੱਧਾ ਬਾਹਰ ਰੱਖਣਾ ਪੈਂਦਾ, ਬਹੁਤ ਸਾਡੇ ਸਾਥੀ ਸਾਡੇ ਜਿਹੜੇ ਹੈ ਪੋਜ਼ੀਟਿਵ ਆ ਰਹੇ ਨੇ ਅਤੇ ਕੁਝ ਸਾਥੀ ਸਾਡੇ ਜਿਹੜੇ ਵਿੱਚੋਂ ਸਾਨੂੰ ਛੱਡ ਵੀ ਗਏ ਨੇ। ਜੀ ਜੀ, ਜੇ ਸਰਕਾਰ ਦੀ ਗੱਲ ਕਰੀਏ ਜਿਸ ਤਰ੍ਹਾਂ ਇਹ ਕਰੋਨਾ ਵਾਰੀਅਰ ਇਸ ਤਰ੍ਹਾਂ ਸ਼ਹੀਦ ਸਿਹਤ ਕਾਮਾ ਮੰਨ ਚੱਕਦੇ ਇਹਨੂੰ ਕਿ ਸ਼ਹੀਦ ਹੀ ਹੋ ਗਿਆ ਇਸ ਸੇਵਾ ਦੇ ਵਿੱਚ, ਕਿ ਸਰਕਾਰ ਵੱਲੋਂ ਕੀ ਪ੍ਰੋਵੀਜ਼ਨ ਹੁੰਦੀਆਂ ਹੈ ਔਰ ਕੀ ਇਹਨਾਂ ਨੂੰ ਜਦੋਂ ਇਸ ਤਰ੍ਹਾਂ ਜਾਨ ਗਵਾ ਲੈਂਦੇ ਆ ਆਪਣੀ ਕਰੋਨਾ ਕਾਲ ਦੇ ਵਿੱਚ, ਉਸ ਦੇ ਵਿੱਚ ਕੀ ਤੁਹਾਡੇ ਮਾਪਦੰਡ ਨੇ ਸਰਕਾਰ ਦੇ? ਜਿਹੜੇ ਸਰਕਾਰ ਦੇ ਜਿਹੜੇ ਸਭ ਤੋਂ ਵੱਡਾ ਮਾਪਦੰਡ ਹੈ ਵੀ ਜਿਹੜਾ ਸਾਥੀ ਸਾਡਾ ਚੱਲ ਜਾਂਦਾ, ਸਰਕਾਰ ਵੱਲੋਂ ਇੱਕ ਸਪੈਸ਼ਲ 50 ਲੱਖ ਦੀ ਜਿਹੜੀ ਉਹਨਾਂ ਨੂੰ
ग्रांट रखी हुई है तो बाकी फिर बेनीफिट्स जो साथी है चाहे एक परिवार को नौकरी मिलनी है चाहे बाकी जो होर भी बेनीफिट्स बने वो तो सारे मिलने हैं, लेकिन नाल एक सरकार वालों यह वायदा सी भी जोड़े भी बेनीफिट्स है जो भी जॉब इन टाइम और छेती दिए जाएंगे। तो दूजा सगा भी जी एक 50 लाख की स्पैशल ग्रांट जी रखी हुई है तो असं मंग करते हैं भी जो भी ये बेनीफिट्स है इन्हों टाइम से दिए जाने जो भी बाकी जॉब का जो होर है वो भी समय सर ता जो बहुत जो क्योंकि असं देखा गया साथियों यद बाद चले जाने बाद उन्होंने परिवार को बहुत ही घूमना पैंता है गेड़े मारने पैंदे है दफ्तर गल करिए हूँ तक जिन्हें कामे बेचारे सेहत गवा चुके हैं उन्होंने किसी न इन टाइम कोई फंड मिले कोई इस तरह का हजे जिदा साडे नॉलेज जो साथी साडे नॉलेज आए थे हजा जेकर साडी जसेबंदी भी लगी हुई है असं लगातार जो अफसर साइन उपर भी लिंक बना रहे पर हजे तक साथी साडा हजे किसी का लाभ हजे उन्होंने मिले नहीं है अजे तक किसी साथी का लाभ नहीं मिले। खैर जिथे असी फ्रंटलाइनर वर्कर करोना वारीयरस सेहत कामियां नूं कहिंदे आ उत्थे इन्हां दे जिहड़े बणदे लाभ भी इन टाइम दे देने चाहीदे आ क्योंकि बड़े जटिल और बड़े गंभीर हालातों में दोहरी मार एक पासे करोना की टैसटिंग करनी है अपने परिवारों में भी पहुँचना है विचरना है उन्होंने भी सेफ रखना है दूजे पासे जो लोग शंके करते हैं कि करोना नाम की चीज़ है या नहीं है उन्होंने उन्होंने जो विवादों उन्होंने हमले नाल भी तुसी वीडियो देख चुके ने लोग जूझते हैं साढ़े नाल इन्हां दे बजुर्ग ताया जी बजुर्गो घर का चिराग चला गया किस तरह हुण दो बच्चे छोटे है किन्हां हालातों तुहाडा जिहड़ा बेटा जांदा सी घरों डेली ड्यूटी दे लई थोड़ा उहदे बारे दसो किस तरह सारी जिम्मेदारी निभांदे सी। सति श्री अकाल जी साडा बेटा जिहड़ा उह बड़ा होनहार था जी ते बड़ा दलेर था उहने जिहड़ी करोना की जंग की लड़ाई है जी बड़े हौसले नाल लड़ी है पर अचानक वो पॉजिटिव आ गया तो इन्हां दी जिहड़ी डैडी जी है जी वह हक्खां ते अफाज उन्हें देखते नहीं बिल्कुल नहीं देखते मंजे ते है जी जिहड़ी उन्हां दी मम्मी है जी तो वह गोडियां की मरीज है वह भी चल फिर नहीं सकती तो जिहड़े बच्चे है जी बच्चा छोटे छोटे बच्चे है तो जिहड़ा घर का सारा काम था उस ही बेटे दे ही ते डिपेंड था उहदे चलन जाण दा नाल एक बेटा जी तो दो भैणां जी अकलौता बच्चा था जी तो वो जाने साढ़े घर का सारा कारोबार ठप हो गया तो अखा तो देखता नहीं उनके डैडी जी माँ चल फिर नहीं सकती जी तो सब कुछ उन्होंने डिपेंड जी उन्होंने डिपेंड करते बिल्कुल ठीक है फंड और जो लाभ है समय के नाल मिलते नहीं मिलते ये अगली गल है। खैर जो सरकार ने ऐलान किया कितना ना कि उसको पूरा भी करना पेगा पर इकलौता पुत्र करोना वारीयरस के तौर पर जिंदगी दी जंग हार गया जो लोगों की टैसटिंग दे ले जो पिंडां दे विच काम करता सी हुण दिखांदे आ तुहानूं उहनां दे पिता नाल भी मिलांदे आ क्योंकि पिता बजुर्ग अखां तों नहीं देख सकते बजुर्ग माता है ते दो छोटे छोटे बच्चे ते पिछे धर्म पत्नी नूं छड्ड गए ने तुहानूं दिखांदे ने बड़ा औखा हो जांदा उहनां परिवारां दे लई जिन्हां दा इकलौता चिराग इस घट उम्र दे विच चला जांदा तुसीं हालात देख सकदे हो कुलवीर दे पिता जो कि अखा तो अन्ने ने बड़ा औखा हो जाता रिपोर्टिंग करना भी चलो बजुर्गो तुहाडा पुत्र इस हेल्थ फ्रंटलाइन वारीयरस की तरह काम करता होया शहीदी पा गया अपनी बेवक्त जान गवा गया एक पुत का चला जाना पिता लई बड़ा मुश्किल हो जाता है पिछे परिवार के बच्चे बच्चे छोटे छोटे है तुहाडा फर्ज भी चलो इन्हों भी संभालन करके तुहानू हौसला रखना पेगा। जे कुलवीर की गल करिए किन्ने बजे रोज़ सवेरे चला जाता सी ते लोकां दे लई ड्यूटी करता सी ते आखिर जो उन्हूं ये समस्या आई तो वह की हालात सी तुसी थोड़ा मैं कुलवीर सिंह का डैडी बोल रहा जी कुलवीर सिंह इतों तकरीबन कदे 7:30 कदे 7:15 8 तो उन्हें कदे बजन दिते होने जी उस तो बाद सारा दिन ड्यूटी करनी कदे रात नूं फोन आ जाना रात नूं भी भजदा सी जांदा सी बाकी उत्थे मतलब सेहत विभाग के हुक्म अनुसार ड्यूटी करता सी विभाग के मतलब हुक्म अनुसार जो भी उन्हें ड्यूटी की उहदे मुताबक उन्हें की होया वो तो हम डाक्टर की रिपोर्ट करोना कह रही जी वो करोना के हिसाब न मतलब साढ़े बच्चे की डैथ हुई है जी तो बच्चे भूते छोटे है तो एक बेबी है 12 साल की हुई है जी तो बच्चा वो 8 साल की उम्र हुई है जी अजे तो मैं अखा तो ब्लाइंड है जी
बहुत हाँ जी बहुत ज्यादा मुश्किल है जी। मेरे जो घर दे आ वह भी मतलब इन्हों अज तो कोई 5-7 साल पहला पैरालाइज के मरीज है जी। बिलकुल सुन सकते हो बजुर्गों के मुखों जी। एक एक साड़ी नूह है बच्ची साड़ी उदे जिहड़ा पहाड़ टुटिया जी उदे बारे मैं बयान नहीं कर सकता। उ साड़ी अख रह गई जी एक माड़ी जी। ये बड़े म्यामरिक हालात बन जाते ने जो एक करोना वारीयरस जो दिन रात हैल्थ वर्कर के तौर पर पिंडां विच जाना टैसटिंग करनी विरोध भी चलना फिर जान गवा लेंदे आ जदों उन्हां परिवारां दे हालात तुहाडे अगे आ। बजुर्ग माता नूं पैरालाइज़ है माता दा तां खैर पुत्ते चला गया माता कुलवीर दे घाटे नूं हुण तुहाडी नूं पूरी करेगी तुहानूं तां खैर हौसला रखना ही पएगा। ते तुसीं अपने पुत्तर दे जाण तों बाद जो बच्चियां दा पालन पोषण भी करना हौसला भी रखना है कि कहना की चाहुंदे हो कि कुलवीर दे नाल जाण दे नाल बाकी जो हैल्थ वर्कर है ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬੜਾ ਮੈਂ ਦੇਖ ਰਿਹਾ ਸਦਮਾ ਜਾਂ ਦਿੱਕਤਾਂ ਆਈਆਂ ਹੈ। ਗੋਡੇ ਵੀ ਦੁਖਦੇ ਮੇਰੇ ਮੇਰਾ ਪੁੱਤ ਚਲੇ ਗਿਆ। ਮੈਂ ਹਰਿੰਦਰ ਸਿੰਘ ਭਲੜੀ ਜ਼ਿਲ੍ਹਾ ਜਨਰਲ ਸਕੱਤਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਰੂਪਨਗਰ ਅੱਜ ਸਾਡੇ ਲਈ ਬਹੁਤ ਹੀ ਦੁੱਖਦਾਈ ਘਟਨਾ ਹੈ ਕਿ ਸਾਡਾ ਇੱਕ ਸਾਥੀ ਕੁਲਵੀਰ ਸਿੰਘ ਜੋ ਕਿ ਠਾਣੇ ਪਿੰਡ ਦਾ ਵਾਸੀ ਸੀ ਔਰ ਸਿਹਤ ਮਹਿਕਮੇ ਦੇ ਵਿੱਚ ਬਤੌਰ ਮਲਟੀਪਰਪਜ਼ ਹੈਲਥ ਵਰਕਰ PSC ਨੂਰਪੁਰ ਵਿੱਦੀ ਕੰਮ ਕਰਦਾ ਸੀ ਔਰ ਜਦੋਂ ਤੋਂ ਇਹ ਕਰੋਨਾ ਵਾਇਰਸ ਦਾ ਕਾਲ ਜੋ ਸਾਡੇ ਦੇਸ਼ ਦੇ ਵਿੱਚ ਚੱਲਿਆ ਹੈ ਉਸ ਦੇ ਵਿੱਚ ਫਰੰਟ ਲਾਈਨ ਦੇ ਉੱਤੇ ਕਰੋਨਾ ਵੋਰੀਅਰ ਦੇ ਵਿੱਚ ਕੰਮ ਕਰ ਰਿਹਾ ਸੀ ਤੋ ਉਹ ਸੇਵਾਵਾਂ ਨਿਭਾਉਂਦੇ ਹੋਇਆਂ ਉਸ ਨੂੰ ਜਿਹੜੀ ਕਰੋਨਾ ਦੀ ਇਨਫੈਕਸ਼ਨ ਹੈ ਉਹ ਹੋਈ ਹੈ ਔਰ ਉਹਦੀ ਜਿਹੜੀ ਮੌਤ ਹੈ ਉਹ ਕਰੋਨਾ ਦੇ ਕਰਕੇ ਹੋਈ ਹੈ। ਸਾਨੂੰ ਅੱਜ ਬਹੁਤ ਹੀ ਅਫਸੋਸ ਹੈ ਕਿ ਜਦੋਂ ਉਸ ਸਾਡੇ ਸਾਥੀ ਦਾ ਸੰਸਕਾਰ ਕੀਤਾ ਗਿਆ ਉਸ ਸੰਸਕਾਰ ਦੇ ਵਿੱਚ ਸਰਕਾਰੀ ਨਿਯਮਾਂ ਦੇ ਅਨੁਸਾਰ ਉਸ ਬੋਡੀ ਨੂੰ ਨਾ ਹੀ ਖੋਲ੍ਹਿਆ ਜਾਂਦਾ ਹੈ ਨਾ ਹੀ ਕਿਸੇ ਨੂੰ ਮੂੰਹ ਦਿਖਾਇਆ ਜਾਂਦਾ ਹੈ ਸਿਰਫ ਇੱਕ ਜਾਂ ਦੋ ਘਰ ਦੇ ਮੈਂਬਰ ਸਿਹਤ ਮਹਿਕਮੇ ਦੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਨਾ ਹੀ ਬੋਡੀ ਘਰ ਆਉਂਦੀ ਹੈ। ਸੋ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਉੱਥੇ ਆਮ ਜਨਤਾ ਨੂੰ ਔਰ ਜੋ ਪਿੰਡ ਵਾਸੀ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਨੂੰ ਅਪੀਲ ਹੈ ਕਿ ਇਸ ਜੋ ਕਰੋਨਾ ਵਾਇਰਸ ਨੂੰ ਬਹੁਤ ਲਾਈਟਲੀ ਨਾ ਲਿਆ ਜਾਵੇ ਇਹਨੂੰ ਬਹੁਤ ਸੀਰੀਅਸਲੀ ਲੈ ਕੇ ਇਹਦੇ ਵਿੱਚ ਡਰਨ ਦੀ ਲੋੜ ਨਹੀਂ ਹੈ ਕੇਅਰ ਕਰਨ ਦੀ ਲੋੜ ਹੈ। ਅਸੀਂ ਲੋਕ ਆਮ ਕੇਅਰ ਨਹੀਂ ਕਰ ਰਹੇ ਹਾਂ ਕਿ ਇਹ ਜੋ ਹੈ ਵੈਸੇ ਹੀ ਹੈ ਹੁਣ ਜੋ ਸਾਨੂੰ ਜਿਵੇਂ ਘਾਟਾ ਪਿਆ ਹੈ ਸੋ ਲੋਕਾਂ ਨੂੰ ਬਹੁਤ ਕੇਅਰ ਕਰਨ ਦੀ ਲੋੜ ਹੈ ਔਰ ਮਹਿਕਮੇ ਦਾ ਸਾਥ ਦੇਣ ਦੀ ਲੋੜ ਹੈ। ਮਹਿਕਮੇ ਦਾ ਸਾਥ ਦਿਓ ਕੇਅਰ ਕਰੋ ਆਪ ਤੰਦਰੁਸਤ ਰਹੋ ਅਤੇ ਆਪਣਾ ਘਰ ਪਰਿਵਾਰ ਜਿਹੜਾ ਹੈ ਉਹ ਤੰਦਰੁਸਤ ਰਹੇ। ਸੋ ਸਾਡੀ ਅਪੀਲ ਹੈ ਕਿਉਂਕਿ ਅਸੀਂ ਜੋ ਹਾਲਾਤ ਦੇਖਦੇ ਹਾਂ ਫੀਲਡ ਵਿੱਚ ਜਾ ਕੇ ਫਰੰਟ ਲਾਈਨ ਵਾਰੀਅਰਸ ਚਾਹੇ ਉਹ ਹੈਲਥ ਕਰਮੀ ਹੈ ਚਾਹੇ ਪੁਲਿਸ ਕਰਮੀ ਹੈ ਚਾਹੇ ਹੋਰ ਵੀ ਚੰਗੇ ਮਾੜੇ ਸ਼ਖਸ ਹਰ ਸਮਾਜ ਦੇ ਵਿੱਚ ਹੁੰਦੇ ਆ ਪਰ ਜਦੋਂ ਇੱਦਾਂ ਦੇ ਹਾਲਾਤ ਸਾਹਮਣੇ ਆਉਂਦੇ ਆ ਉੱਥੇ ਜੋ ਇਹਨਾਂ ਦਾ ਸਰਕਾਰਾਂ ਐਲਾਨ ਕਰਦੀਆਂ ਹੈ ਬੇਸ਼ੱਕ ਉਹ ਬੀਮਾ ਹੈ ਬੇਸ਼ੱਕ ਉਹ ਫਿਰ ਪਰਿਵਾਰ ਦੇ ਪਿੱਛੇ ਕਿਸੇ ਮੈਂਬਰ ਨੂੰ ਨੌਕਰੀ ਦੇਣਾ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਇਹਨਾਂ ਪਰਿਵਾਰਾਂ ਨੂੰ ਸੰਭਾਲਣਾ ਕਿਉਂਕਿ ਮਾਤਾ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ ਪੈਰਾਲਾਈਜ਼ ਦੀ ਮਰੀਜ਼ ਹੈ ਬਜ਼ੁਰਗ ਅੱਖਾਂ ਤੋਂ ਦੇਖ ਨਹੀਂ ਸਕਦੇ ਇਕੱਲੀ ਨੂੰਹ ਹੈ ਅਤੇ ਦੋ ਛੋਟੀਆਂ ਛੋਟੀਆਂ ਜਾਨਾਂ ਹੈ ਇਹਨਾਂ ਨੂੰ ਸੰਭਾਲਣਾ ਕਰਨਾ ਹੈ। ਸੋ ਜੋ ਵਾਅਦੇ ਔਰ ਜੋ ਬਣਦੇ ਇਹਨਾਂ ਦੇ ਹੱਕ ਨੇ ਉਹਨਾਂ ਨੂੰ ਸਰਕਾਰਾਂ ਨੂੰ ਸਮੇਂ ਸਿਰ ਅਦਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਕਿਤੇ ਨਾ ਕਿਤੇ ਕੁਲਵੀਰ ਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਪਰਿਵਾਰਾਂ ਨੂੰ ਜੋ ਰਾਹਤ ਹੈ ਉਹ ਫੌਰੀ ਤੌਰ 'ਤੇ ਅਤੇ ਜਲਦ ਮਿਲਣ ਦੇ ਨਾਲ ਕਿਤੇ ਨਾ ਕਿਤੇ ਦਰਦ ਵੰਡਿਆ ਜਾ ਸਕਦਾ ਹੈ। ਡੇਲੀ ਪੋਸਟ ਪੰਜਾਬੀ ਦੇ ਲਈ ਪਿੰਡ ਠਾਣਾ ਜ਼ਿਲ੍ਹਾ ਰੂਪਨਗਰ ਤੋਂ ਕੈਮਰਾਮੈਨ ਬਲਵੀਰ ਖਾਨ ਦੇ ਨਾਲ ਗੌਰਵ ਰਾਣਾ ਦੀ ਰਿਪੋਰਟ।